ਨਮਸਕਾਰ ਸਟੂਡੈਂਟਸ, ਮੈਂ ਮਨੀਸ਼ ਸਟੱਡੀ ਫਰਡ ਇਮੀਗ੍ਰੇਸ਼ਨ ਤੋਂ। ਆਸਟ੍ਰੇਲੀਆ ਨੂੰ ਜਾ ਕੇ ਕਾਫੀ ਸਟੂਡੈਂਟਸ ਨੂੰ ਦੁਵਿਧਾ ਰਹਿੰਦੀ ਹੈ ਵੀ ਅਪਲਾਈ ਕੀਤਾ ਜਾਏ ਜਾਂ ਨਾ ਕੀਤਾ ਜਾਏ, ਸਕਸੈਸ ਰੇਟ ਕੀ ਆ ਰਿਹਾ ਇਸ ਟਾਈਮ 'ਤੇ, ਅਤੇ ਯੂਨੀਵਰਸਿਟੀਜ਼ ਕਾਲਜਿਜ਼ GT ਕਲੀਅਰ ਕਰ ਰਹੀਆਂ ਜਾਂ ਨਹੀਂ ਕਰ ਰਹੀਆਂ ਹੈਗੀਆਂ। ਅਤੇ ਇਹ ਵੀਡੀਓ 'ਚ ਮੈਂ ਤੁਹਾਨੂੰ ਦੱਸੂੰਗਾ ਵੀ ਕੀ ਪੋਸੀਬਿਲਿਟੀਜ਼ ਹੈ, ਕਿਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਅਤੇ ਕੀ ਅੱਗੇ ਵਾਸਤੇ ਉਹਨਾਂ ਦੀ ਸਕਸੈਸ ਰੇਟ ਦੀ ਪ੍ਰੋਵੀਜ਼ਨ ਹੋ ਸਕਦੀ ਹੈ। ਪਹਿਲੀ ਗੱਲ, ਜਿਨ੍ਹਾਂ ਨੇ ਬੱਚਿਆਂ ਨੇ ਪਲੱਸ ਟੂ ਕੀਤੀ ਹੈ, ਜਿਨ੍ਹਾਂ ਦੇ ਪਰਸੈਂਟੇਜ ਜਿਹਨੂੰ ਕਹਿੰਦੇ ਨੇ ਵੀ 65% ਤੋਂ ਵੱਧ ਨੇ, ਅਤੇ ਅਕੈਡਮਿਕ ਸਬਜੈਕਟ ਪੜ੍ਹੇ ਨੇ ਵੀ ਆਰਟਸ ਅਗਰ ਕੀਤੀ ਹੈ ਤਾਂ ਆਰਟਸ ਦੇ ਵਿੱਚ ਵੀ ਕੋਈ ਨਾ ਕੋਈ ਅਕੈਡਮਿਕ ਸਬਜੈਕਟ ਹੋਣਾ ਚਾਹੀਦਾ, ਅਤੇ 65% ਤੋਂ ਉੱਪਰ ਨੰਬਰ ਹੈਗੇ ਜਿਨ੍ਹਾਂ ਦੇ, ਅਤੇ ਜਿਨ੍ਹਾਂ ਦੇ 6 ਈਚ ਨੇ, ਐਸੇ ਬੱਚਿਆਂ ਨੂੰ ਯੂਨੀਵਰਸਿਟੀਜ਼ ਐਡਮਿਸ਼ਨ ਦੇ ਰਹੀ ਹੈ, ਅਤੇ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਅਤੇ GTV ਇਹਨਾਂ ਦੀ ਕਲੀਅਰ ਹੋ ਜਾਂਦੀ ਹੈ। ਅਤੇ ਜਿਹੜੇ ਬੱਚਿਆਂ ਦੇ 6 ਬੈਂਡ ਹੈ, 1 'ਚ ਜਾਂ 2 'ਚ 5.5 ਰਹਿ ਗਏ, ਐਸੇ ਬੱਚਿਆਂ ਨੂੰ ਕਿਤੇ ਨਾ ਕਿਤੇ ਵੀ ਯੂਨੀਵਰਸਿਟੀਜ਼ ਐਡਮਿਸ਼ਨ ਨਹੀਂ ਦੇਣਗੇ, ਕਾਲਜਿਸ 'ਚ ਅਪਲਾਈ ਕਰਨਾ ਪਏਗਾ। ਅਤੇ ਕਾਲਜਿਸ ਜਿਹੜੇ ਹੈਗੇ ਨੇ, ਸਿਰਫ ਕੁਛ ਹੀ ਕਾਲਜਿਸ ਇਸ ਟਾਈਮ 'ਤੇ ਹੈਗੇ ਨੇ ਜਿਹੜੇ ਐਡਮਿਸ਼ਨ ਦੇ ਰਹੇ ਨੇ ਇੰਡੀਅਨ ਸਟੂਡੈਂਟ ਨੂੰ 6 ਨੋਟ ਲੈਸ ਦੈਨ 5.5 'ਤੇ। ਅਤੇ ਫਿਰ ਜਿਹੜੀ GT ਦਾ ਪ੍ਰੋਸੈਸ ਹੈਗਾ, ਜਿਵੇਂ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਘੱਟੋ ਘੱਟ ਮਹੀਨਾ 1.5 ਮਹੀਨਾ ਲਗਾ ਰਹੀਆਂ ਇਸ ਟਾਈਮ 'ਤੇ GT ਕਲੀਅਰ ਕਰਦੇ ਹੋਏ, ਅਤੇ ਕਾਲਜਿਸ ਜਿਹੜੇ ਹੈਗੇ ਨੇ ਘੱਟੋ ਘੱਟ 2 ਤੋਂ 3 ਹਫ਼ਤੇ ਕਾਲਜਿਸ ਵੀ ਲਗਾ ਰਹੇ ਨੇ ਇਸ ਟਾਈਮ 'ਤੇ, ਕਿਉਂਕਿ ਕਾਫੀ ਜ਼ਿਆਦਾ ਸਖਤਾਈ ਹੈਗੀ ਹੈ ਇਸ ਟਾਈਮ 'ਤੇ। ਵੈਰੀਫਿਕੇਸ਼ਨ ਜ਼ਿਆਦਾ ਹੁੰਦੀ ਹੈ ਵੀ ਡਾਕੂਮੈਂਟੇਸ਼ਨ ਦੀ, ਫਾਈਨੈਂਸ਼ੀਅਲ ਡਾਕੂਮੈਂਟਸ ਦੀ, ਇਨਕਮ ਦੇ ਡਾਕੂਮੈਂਟਸ ਦੀ, ਅਕੈਡਮੀ ਡਾਕੂਮੈਂਟਸ ਦੀ, ਅਤੇ ਸਾਰੀ ਚੀਜ਼ਾਂ ਦੀ ਵੈਰੀਫਿਕੇਸ਼ਨ ਪ੍ਰੋਪਰ ਕੀਤੀ ਜਾ ਰਹੀ ਹੈ। ਅਤੇ ਜਿਹੜੇ ਬੱਚਿਆਂ ਦੇ 23 ਪਾਸ ਆਊਟਸ ਹੈ ਉਹੀ ਅਪਲਾਈ ਕਰਨ, ਜਾਂ 24 ਪਾਸ ਆਊਟ ਅਪਲਾਈ ਕਰਨ। 22 ਪਾਸ ਆਊਟਸ 'ਤੇ ਜੀ ਇਸ ਟਾਈਮ ਕੋਈ ਆਪਸ਼ਨ ਨਹੀਂ ਹੈਗੀ, ਨਾ ਕਾਲਜਿਸ ਦੇ ਵਿੱਚ ਨਾ ਯੂਨੀਵਰਸਿਟੀ ਦੇ ਵਿੱਚ। ਅਤੇ ਸਕਸੈਸ ਰੇਟ ਦੀ ਗੱਲ ਕਰੀਏ, ਜਿਹੜਾ ਕਾਲਜਿਸ ਦਾ ਸਕਸੈਸ ਰੇਟ ਇਸ ਟਾਈਮ 'ਤੇ ਚੱਲ ਰਿਹਾ, ਅਰਾਊਂਡ 60-70% ਦੇ ਆਸ ਪਾਸ ਜਿਹੜੇ ਹੈਗੇ ਨੇ ਵੀਜ਼ਾ ਆ ਰਹੇ ਨੇ। ਕੁੜੀਆਂ ਦੇ ਵੀਜ਼ੇ ਜ਼ਿਆਦਾ ਆ ਰਹੇ ਨੇ ਐਜ਼ ਕੰਪੇਅਰ ਟੂ ਮੁੰਡਿਆਂ ਦੀ ਗੱਲ ਕਰੀਏ। ਅਤੇ ਇਸ ਤੋਂ ਇਲਾਵਾ ਅਗਰ ਯੂਨੀਵਰਸਿਟੀਜ਼ ਦੀ ਗੱਲ ਕਰੀਏ, ਯੂਨੀਵਰਸਿਟੀ ਦਾ ਸਕਸੈਸ ਰੇਟ 70% ਤੋਂ ਉੱਪਰ ਹੈਗਾ, ਬੇਸ਼ੱਕ ਲੜਕਾ ਅਪਲਾਈ ਕਰ ਰਿਹਾ, ਲੜਕੀ ਅਪਲਾਈ ਕਰ ਰਹੀ ਹੈ, ਡਜ਼ਨਟ ਮੈਟਰ। ਸੋ ਇਹ ਇੱਕੋ ਹੀ ਹੈ ਸਕਸੈਸ ਰੇਟ ਜਿਹੜਾ ਹੈਗਾ। ਅਤੇ ਇਨਕਮ ਜਿਹੜੀ ਹੈਗੀ ਹੈ ਤੁਹਾਡੀ, ਅਗਰ ਪਲੱਸ ਟੂ ਤੁਸੀਂ ਪਾਸ ਹੋ, ਸਿੰਗਲ ਹੀ ਅਪਲਾਈ ਹੋਏਗਾ ਪਲੱਸ ਟੂ ਦੇ ਬੱਚੇ ਦਾ, ਘੱਟੋ ਘੱਟ 15 ਲੱਖ ਰੁਪਏ ਤੋਂ ਘੱਟ ਇਨਕਮ ਨਾ ਦਿਖਾਓ ਜਿਹੜੀ ਫੈਮਿਲੀ ਇਨਕਮ ਹੈਗੀ ਹੈ। ਅਤੇ ਜਿਹੜੇ ਫੰਡਸ ਜਿਹੜੇ ਹੈਗੇ ਨੇ ਅੰਬੈਸੀ 'ਚ ਜਿਹੜੇ ਸ਼ੋਅ ਕਰਨੇ ਆ, ਘੱਟੋ ਘੱਟ 25 ਲੱਖ ਰੁਪਏ ਦੀ ਰੇਂਜ 'ਚ ਤੁਹਾਡੇ ਕੋਲ ਫੰਡਸ ਹੋਣੇ ਚਾਹੀਦੇ ਨੇ ਅੰਬੈਸੀ 'ਚ ਦਿਖਾਉਣ ਵਾਸਤੇ, ਫੈਮਿਲੀ ਦੇ ਨਾਮ 'ਤੇ ਹੋਣੇ ਚਾਹੀਦੇ ਨੇ। ਫਿਰ ਅੱਗੇ ਜੀ, ਜਿਹੜੇ ਬੱਚਿਆਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਮਾਸਟਰਸ ਵਾਸਤੇ ਅਪਲਾਈ ਕਰਨਾ ਚਾਹੁੰਦੇ, ਰਿਕਮੈਂਡਡ ਇਹੀ ਹੈ ਵੀ 6.5 ਬੈਂਡ ਹੋਣ, 6 ਤੋਂ ਘੱਟ ਨਾ ਹੋਣ, ਅਤੇ ਕਰੰਟ ਪਾਸ ਆਊਟ ਅਗਰ ਤੁਸੀਂ ਹੈਗੇ ਹੋ ਤਾਂ ਜਿਹਦੇ GT ਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਆ ਰਹੀ। ਅਤੇ ਅਗਰ ਤੁਹਾਡਾ ਗੈਪ ਹੈਗਾ ਤਾਂ ਮਿਨੀਮਮ 6 ਮਹੀਨੇ ਦੀ ਸੈਲਰੀ ਤੁਹਾਡੀ ਅਕਾਊਂਟ 'ਚ ਹੋਣੀ ਚਾਹੀਦੀ ਹੈ, ਫਿਰ ਹੀ ਤੁਹਾਡੀ ਐਪਲੀਕੇਸ਼ਨ ਸ਼ੁਰੂ ਹੋਏਗੀ, ਅਤੇ ਤੁਹਾਨੂੰ ਦਿਖਾਉਣਾ ਪਏਗਾ ਵੀ ਤੁਸੀਂ ਜੋਬ ਕਰ ਰਹੇ ਹੋ। ਅਗਰ 1 ਸਾਲ ਤੋਂ ਵੱਧ ਗੈਪ ਹੈਗਾ ਤਾਂ ਕੋਈ ਵੀ ਯੂਨੀਵਰਸਿਟੀ ਤੁਹਾਨੂੰ ਅਸੈਪਟ ਨਹੀਂ ਕਰੇਗੀ, ਅੰਟਿਲ ਅਨਲੈਸ ਤੁਹਾਡੀ 6 ਮਹੀਨੇ ਦੀ ਸੈਲਰੀ ਤੁਹਾਡੀ ਅਕਾਊਂਟ 'ਚ ਅਗਰ ਨਹੀਂ ਆ ਰਹੀ ਤਾਂ। ਅਤੇ ਅਗਰ ਤੁਸੀਂ ਗੈਪ ਹੈਗਾ ਤੁਹਾਡਾ ਜਾਂ ਗੈਪ ਬੰਨ ਰਿਹਾ ਤੁਹਾਡਾ, ਤਾਂ ਕੋਸ਼ਿਸ਼ ਕਰੋ ਵੀ ਆਪਣੀ ਸੈਲਰੀ ਅਕਾਊਂਟ 'ਚ ਘੱਟੋ ਘੱਟ 15-20 ਹਜ਼ਾਰ 25 ਹਜ਼ਾਰ ਦੀ ਰੇਂਜ 'ਚ ਪਾਉਣੀ ਸ਼ੁਰੂ ਕਰ ਦਿਉ, ਤਾਂ ਕਿ ਜਦੋਂ ਤੁਹਾਡੀ ਫਾਈਲ ਅੰਬੈਸੀ 'ਚ, ਜਦੋਂ ਤੁਹਾਡੀ ਫਾਈਲ ਐਪਲੀਕੇਸ਼ਨ ਜਿਹੜੀ ਕਾਲਜ ਨੂੰ, ਯੂਨੀਵਰਸਿਟੀ ਨੂੰ ਜਾਏ, ਤਾਂ ਤੁਹਾਡੇ ਕੋਲ 6 ਮਹੀਨੇ ਦੀ ਸੈਲਰੀ ਅਕਾਊਂਟ 'ਚ ਹੋਣੀ ਚਾਹੀਦੀ ਹੈ। ਫਿਰ ਤੁਹਾਡਾ ਗੈਪ ਅਗਰ ਤੁਸੀਂ ਹੁਣ ਜੁਲਾਈ ਇਨਟੇਕ ਮਿਸ ਕਰ ਗਏ, ਫਰਵਰੀ ਇਨਟੇਕ ਵੀ ਅਪਲਾਈ ਕਰਨਾ ਚਾਹੁੰਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ, ਤੁਸੀਂ ਕਰ ਸਕਦੇ ਹੋ, ਤੁਹਾਨੂੰ ਦਿੱਕਤ ਨਹੀਂ ਆਏਗੀ, ਕਿਉਂਕਿ ਸੈਲਰੀ ਤੁਹਾਡੀ ਅਕਾਊਂਟ 'ਚ ਆ ਰਹੀ ਹੋਏਗੀ, ਅਤੇ ਉਹ ਗੈਪ ਨੂੰ ਅਸੈਪਟ ਕਰਦੀ, ਅਸੈਪਟੇਬਿਲਟੀ ਬਣ ਜਾਂਦੀ ਹੈ ਉਹਦੇ ਵਿੱਚ। ਬਾਕੀ ਸਪਾਊਸ ਕੇਸ ਦੀ ਗੱਲ ਕਰੀਏ, ਤਾਂ ਸਪਾਊਸ ਦੇ ਵਿੱਚ ਗ੍ਰੈਜੂਏਸ਼ਨ ਦੀ ਮਸਟ ਹੋ ਚੁੱਕੀ ਹੈ, ਜ਼ਿਆਦਾਤਰ ਯੂਨੀਵਰਸਿਟੀਜ਼ ਮੰਗ ਰਹੀ ਹੈ, ਅਤੇ 1 ਸਾਲ ਪੁਰਾਣੀ ਮੈਰਿਜ ਹੋਣੀ ਚਾਹੀਦੀ ਹੈ, ਅਤੇ ਫਾਈਨੈਂਸ਼ੀਅਲ ਡਾਕੂਮੈਂਟਸ ਕਾਫੀ ਸਟਰੋਂਗ ਹੋਣੇ ਚਾਹੀਦੇ ਨੇ।
ਅਤੇ ਅਗਰ ਗ੍ਰੈਜੂਏਸ਼ਨ ਵਾਸਤੇ ਕੀਤੀ ਹੋਈ ਹੈ ਤੁਸੀਂ ਮਾਸਟਰ ਵਿੱਚ ਸਿੰਗਲ ਕੇਸ ਅਪਲਾਈ ਕਰ ਰਹੇ ਹੋ ਘੱਟੋ ਘੱਟ 15 ਤੋਂ 20 ਲੱਖ ਰੁਪਏ ਦੀ ਇਨਕਮ ਦਿਖਾਓ, ਅਤੇ ਅਗਰ ਸਪਾਊਸ ਕੇਸ ਅਪਲਾਈ ਕਰ ਰਹੇ ਹੋ ਘੱਟੋ ਘੱਟ 25 ਲੱਖ ਤੋਂ 30 ਲੱਖ ਦੀ ਇਨਕਮ ਦਿਖਾਓ। ਜਿਹੜੇ ਫੰਡਸ ਜਿਹੜੇ ਹੈਗੇ ਨੇ ਸਿੰਗਲ ਕੇਸ ਦੇ ਵਿੱਚ ਘੱਟੋ ਘੱਟ ਤੁਹਾਨੂੰ 25 ਲੱਖ ਰੁਪਏ ਦਿਖਾਉਣੇ ਪੈਣਗੇ ਯੂਨੀਵਰਸਿਟੀ 'ਚ ਅਗਰ ਤੁਸੀਂ ਅਪਲਾਈ ਕਰ ਰਹੇ ਹੋ ਮਾਸਟਰ ਵਾਸਤੇ, ਅਤੇ ਅਗਰ ਸਪਾਊਸ ਅਪਲਾਈ ਕਰ ਰਹੇ ਹੋ ਘੱਟੋ ਘੱਟ 35 ਲੱਖ ਰੁਪਏ ਦੇ ਤੁਹਾਡੇ ਫੰਡਸ ਅੰਬੈਸੀ 'ਚ ਦਿਖਾਉਣੇ ਪੈਣਗੇ, ਫੀਸ ਤੋਂ ਇਲਾਵਾ ਇੰਸ਼ੋਰੈਂਸ ਤੋਂ ਇਲਾਵਾ। ਪ੍ਰੋਸੈਸਿੰਗ ਟਾਈਮ ਮਾਸਟਰਸ ਦਾ ਵੀ ਉਹੀ ਚੱਲ ਰਿਹਾ ਵੀ ਕਾਲਜਿਸ ਦਾ ਤਾਂ ਜਲਦੀ ਹੈਗਾ ਵੀ ਕਿ 2 ਹਫ਼ਤੇ 'ਚ ਆ ਜਾਂਦੀ ਹੈ, ਬਟ ਯੂਨੀਵਰਸਿਟੀਜ਼ ਦੀ ਗੱਲ ਕਰੀਏ ਤਾਂ ਵੀ ਇਸ ਟਾਈਮ 'ਤੇ ਘੱਟੋ ਘੱਟ 2 ਤੋਂ 3 ਹਫ਼ਤੇ 'ਚ ਆਫਰ ਲੈਟਰ ਆ ਰਹੀ ਹੈ, ਉਸ ਤੋਂ ਮਹੀਨਾ ਤੋਂ ਘੱਟੋ ਘੱਟ ਮਹੀਨਾ ਲੱਗ ਰਿਹਾ ਜਿਹੜੀ ਹੈਗੀ ਹੈ ਵੀ GT ਕਲੀਅਰ ਕਰਨ ਨੂੰ। ਬਾਕੀ ਯੂਨੀਵਰਸਿਟੀਜ਼, ਜ਼ਿਆਦਾਤਰ ਯੂਨੀਵਰਸਿਟੀ ਇਸ ਟਾਈਮ 'ਤੇ ਇੰਟਰਵਿਊਜ਼ ਲੈ ਰਹੀ ਹੈ, ਕੁਛ ਹੀ ਯੂਨੀਵਰਸਿਟੀਜ਼ ਹੈ ਜੋ ਟੈਲੀਫੋਨਿਕ ਲੈਂਦੀਆਂ, ਬਾਕੀ ਸਾਰੀ ਵੀਡੀਓ ਇੰਟਰਵਿਊਜ਼ ਹੈ। ਹੁਣ ਵੀਡੀਓ ਇੰਟਰਵਿਊਜ਼ ਹੈ ਉਹ ਵੀ 2 ਤਰੀਕੇ ਦੀਆਂ, ਇੱਕ ਦੇ ਵਿੱਚ ਰਿਕਾਰਡਡ ਵੀਡੀਓਜ਼ ਹੈ ਵੀ ਜਿਵੇਂ ਕਿ ਤੁਸੀਂ ਲੌਗਇਨ ਕਰੋਗੇ ਅਤੇ ਉਹਦੇ ਵਿੱਚ ਕੁਐਸਚਨ ਪੁੱਟਅਪ ਕਰੇਗਾ ਕੰਪਿਊਟਰ, ਤੁਹਾਨੂੰ ਕੁਐਸਚਨ ਪੁੱਟਅਪ ਕਰੇਗਾ, ਉਹਦਾ ਤੁਸੀਂ ਆਨਸਰ ਦੇਣਾ ਤਾਂ ਉਹਦੀ ਰਿਕਾਰਡਿੰਗ ਹੋਏਗੀ। ਅਤੇ ਦੂਸਰੇ ਤਰੀਕੇ ਦੀ ਇੰਟਰਵਿਊ ਹੁੰਦੀ ਹੈ ਸਕਾਈਪ ਇੰਟਰਵਿਊ ਜਾਂ ਵੀਡੀਓ ਇੰਟਰਵਿਊ ਫੇਸ ਟੂ ਫੇਸ। ਉਹਦੇ ਵਿੱਚ ਕੀ ਹੈ, ਸਾਹਮਣੇ ਤੁਹਾਡੇ ਕੋਲ ਬੰਦਾ ਬੈਠਿਆ ਹੋਏਗਾ, ਉਹ ਕੁਐਸਚਨ ਪੁੱਟਅਪ ਕਰੇਗਾ, ਤੁਸੀਂ ਆਨਸਰ ਦੇਣਾ, ਅਤੇ ਉਹਦੇ ਬੇਸ 'ਤੇ ਉਹਨੇ ਅਸੈਸਮੈਂਟ ਕਰਕੇ ਓਕੇ ਕਰਨਾ ਜਾਂ ਰਿਜੈਕਟ ਕਰਨਾ ਤੁਹਾਨੂੰ। ਇਸ ਕਰਕੇ ਇਹ 2 ਹੀ ਪ੍ਰੋਸੈਸ ਹੈਗੇ ਨੇ। ਜ਼ਿਆਦਾਤਰ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਇੰਟਰਵਿਊਜ਼ ਲੈ ਰਹੀਆਂ, ਕਾਲਜਿਜ਼ ਇੰਟਰਵਿਊਜ਼ ਨਹੀਂ ਦਿੰਦੇ, ਬਟ ਫਾਈਨੈਂਸ਼ੀਅਲ ਡਾਕੂਮੈਂਟਸ ਅਤੇ ਬਾਕੀ ਡਾਕੂਮੈਂਟੇਸ਼ਨ ਜਿਹੜੇ GT ਦੇ ਉਹ ਚੈੱਕ ਕਰਦੇ। ਇਸ ਕਰਕੇ ਸਕਸੈਸ ਰੇਟ ਜਿਹੜਾ ਮਾਸਟਰਸ ਦਾ ਹੈਗਾ ਮੋਰ ਦੈਨ 70% ਹੈਗਾ ਇਸ ਟਾਈਮ 'ਤੇ ਵੀ। ਅਤੇ ਯੂਨੀਵਰਸਿਟੀਜ਼, ਕੁਛ ਹੀ ਯੂਨੀਵਰਸਿਟੀਜ਼ ਹੈ ਜਿਹੜੀਆਂ ਐਡਮਿਸ਼ਨ ਦੇ ਰਹੀਆਂ ਬੈਚਲਰ ਅਤੇ ਮਾਸਟਰ ਦੇ ਬੱਚਿਆਂ ਨੂੰ ਇੰਡੀਆ ਦੇ, ਖਾਸ ਕਰ ਨੌਰਥ ਇੰਡੀਆ ਨੂੰ। ਅਤੇ ਅਗਰ GT 'ਤੇ ਤੁਹਾਡੀ ਕਲੀਅਰ ਹੋ ਜਾਂਦੀ ਹੈ ਸਾਰਾ ਕੁਛ ਹੈ, ਤਾਂ ਤੁਹਾਡਾ ਵੀਜ਼ਾ ਸਕਸੈਸ ਰੇਟ ਤੁਸੀਂ 70% ਤੋਂ ਉੱਪਰ ਸੋਚ ਕੇ ਚੱਲ ਸਕਦੇ ਹੋ ਮਾਸਟਰਸ ਦਾ, ਅਤੇ ਬੈਚਲਰ ਦਾ ਵੀ ਤੁਸੀਂ 70%+ ਦੇ ਵਿੱਚ ਸੋਚ ਕੇ ਚੱਲ ਸਕਦੇ ਹੋ। ਬਾਕੀ ਹਾਂ, ਬਿਨਾਂ ਕਿਸੇ ਕਾਰਨ ਰਿਫਿਊਜ਼ਲ ਦੇਣਾ, ਜਾਂ ਤੁਹਾਨੂੰ ਪਤਾ ਹੀ ਹੈ ਵੀ ਕਈ ਵਾਰੀ ਕੋਈ ਰੀਜ਼ਨ ਨਹੀਂ ਦਿੱਤਾ ਜਾਂਦਾ, ਵੀ ਸਿਰਫ ਇਹ ਦਿੱਤਾ ਜਾਂਦਾ ਵੀ ਤੁਸੀਂ ਵਾਪਸ ਨਹੀਂ ਆਓਗੇ, ਅਤੇ ਉਹਦਾ ਤਾਂ ਕੋਈ ਸੋਲਿਊਸ਼ਨ ਨਹੀਂ ਹੈਗਾ। ਇਸ ਕਰਕੇ ਅਗਰ ਤੁਹਾਡੇ ਅਕੈਡਮਿਕ ਸਟਰੋਂਗ ਨੇ, ਪਰਸੈਂਟੇਜ ਤੁਹਾਡੀ ਅੱਛੀ ਹੈ, ਅਤੇ ਸਬਜੈਕਟ ਵਧੀਆ ਹੈਗੇ ਨੇ, IELTS PT ਦਾ ਸਕੋਰ ਤੁਹਾਡਾ ਵਧੀਆ ਹੈ, ਅਤੇ ਫਾਈਨੈਂਸ਼ੀਅਲ ਡਾਕੂਮੈਂਟਸ ਵੀ ਕੁਛ ਹੱਦ ਤੱਕ ਤੁਸੀਂ ਆਪਣੇ ਦਿਖਾ ਸਕਦੇ ਹੋ ਵੀ ਘੱਟੋ ਘੱਟ 15 ਤੋਂ 20 ਲੱਖ ਰੁਪਏ ਤੱਕ ਤੁਹਾਡੇ ਕੋਲ ਇੰਤਜ਼ਾਮ ਹੈਗਾ ਜੋ ਕਿ 2 ਜਾਂ 3 ਮਹੀਨੇ ਪੁਰਾਣਾ ਹੈਗਾ, ਤਾਂ ਜ਼ਰੂਰ ਆਸਟ੍ਰੇਲੀਆ ਦੀ ਫਾਈਲ ਲਗਾਓ, ਨਹੀਂ ਤਾਂ ਅਵੋਇਡ ਕਰੋ, ਨਹੀਂ ਤਾਂ ਹੋਰ ਕੰਟਰੀ ਤੁਹਾਡੇ ਕੋਲ ਬਥੇਰੇ ਹੈਗੇ ਨੇ, ਜਿਵੇਂ 2-3 ਵਧੀਆ ਕੰਟਰੀਜ਼ ਆ ਜਾਂਦੇ ਨੇ, ਕੈਨੇਡਾ ਤੁਹਾਡੇ ਲਈ ਅੱਛੀ ਇੱਕ ਆਪਸ਼ਨ ਹੋ ਸਕਦਾ ਹੈ, UK ਤੁਹਾਡੇ ਲਈ ਵਧੀਆ ਆਪਸ਼ਨ ਹੋ ਸਕਦਾ, ਅਤੇ USA, ਇਹ 3 ਕੰਟਰੀਜ਼ ਬਹੁਤ ਵਧੀਆ ਆਪਸ਼ਨ ਤੁਹਾਡੇ ਲਈ ਹੋ ਸਕਦੇ ਨੇ ਅਗਰ ਤੁਹਾਡੇ ਕੋਲ ਇਹ ਡਾਕੂਮੈਂਟੇਸ਼ਨ ਪ੍ਰੋਪਰ ਇਨ ਆਰਡਰ ਨਹੀਂ ਹੈਗਾ। ਬਾਕੀ ਕੇਸ ਆਪਣਾ ਪਰਸਨਲੀ ਡਿਸਕਸ ਕਰਨਾ ਚਾਹੁੰਦੇ ਹੋ, ਜ਼ਰੂਰ ਨੀਚੇ ਦਿੱਤੇ ਹੋਏ ਨੰਬਰ 'ਤੇ ਕੰਟੈਕਟ ਕਰੋ, ਵੀਡੀਓ ਅੱਛਾ ਲੱਗਾ ਜ਼ਰੂਰ ਲਾਈਕ ਕਰੋ ਸਾਨੂੰ, ਅਤੇ ਬਾਕੀ ਅਗਰ ਕੇਸ ਤੁਹਾਡਾ ਕੋਈ ਪਰਸਨਲੀ ਤੁਸੀਂ ਡਿਸਕਸ ਕਰਨਾ, 1-to-1 ਡਿਸਕਸ ਕਰਨਾ, ਜ਼ਰੂਰ ਸਾਡੇ ਆਫਿਸ ਵਿਜ਼ਿਟ ਕਰੋ ਅਤੇ ਮੇਰੇ ਨਾਲ ਤੁਸੀਂ ਡਿਸਕਸ ਕਰ ਸਕਦੇ ਹੋ। ਥੈਂਕ ਯੂ।